ਤੇ ਸਾਰੇ ਜਾਣੇ ਬੈਠ ਹੋ ਕੇ ਆ ਗਏ ਤੇ ਇੱਕ ਮੁੰਡਾ ਉੱਠਿਆ ਨੌਜਵਾਨ ਦਾ ਤਵੱਜੋ ਨਾਲ ਗੌਰ ਨਾਲ ਇੱਕ ਮੁੰਡਾ ਉੱਠਿਆ ਉਹਨੇ ਆਖਿਆ ਬਾਬਾ ਜੀ ਮੇਰਾ ਦਿਲ ਤੇ ਕਰਦਾ ਹੈ ਮੈਂ ਤੁਹਾਡੀ ਬੈਤ ਹੋ ਜਾ ਪਰ ਮੈਂ ਡਰਨਾ ਇਸ ਗੱਲੋਂ ਵਾ ਕਿ ਮੈਂ ਚੋਰ ਹਾਂ ਆਏ ਹਾਏ ਮੈਂ ਚੋਰ ਹਾਂ ਆਪਨੇ ਆਖਿਆ ਅੱਛਾ ਇਹ ਹੱਥ ਫੜਾ ਉਹ ਆਪਨੇ ਕਰਕੇ ਹੱਥ ਫੜਿਆ ਉਹਨੇ ਕਿਹਾ ਤੂੰ ਚੋਰ ਹੈ ਇਹ ਹੱਥ ਫੜ ਗਿਆ ਤੇ ਆਪਨੇ ਆਖਿਆ ਅੱਛਾ ਤੂੰ ਬੈਤ ਕਰ ਮੇਰੇ ਹੱਥੇ ਅਸੀਂ ਦੁਆ ਕਰਾਂਗੇ ਅੱਲਾ ਤੇਰੀ ਚੋਰੀ ਚ ਬਰਕਤ ਪਾਏ ਆਏ ਹਾਏ ਹਾਏ ਇਹ ਨਵੀਂ ਗੱਲ ਨਹੀਂ ਅੱਲਾ ਤੇਰੀ ਚੋਰੀ ਚ ਬਰਕਤ ਪਾਏ ਉਹਨੇ ਕਿਹਾ ਕੈਸਾ ਬਾਬਾ ਹੈ ਜਿਹਨੇ ਕਿ ਅੱਲਾ ਤੇਰੀ ਚੋਰੀ ਚ ਬਰਕਤ ਪਾਏ ਆਪਨੇ ਅੱਜ ਕੱਲ੍ਹ ਲਿਆ ਹੱਥ ਉਹਨੇ ਕਿਹਾ ਲੈ ਫਿਰ ਅੱਜ ਤੋਂ ਬਾਅਦ ਤੂੰ ਚੋਰੀ ਕਰਨੋਂ ਨਾ ਹਟੀ ਬਾਬੇ ਨੇ ਕੀ ਆਖਿਆ ਤੂੰ ਚੋਰੀ ਕਰਨੋਂ ਨਾ ਹਟੀ ਲੇਕਿਨ ਹੁਣ ਬਾਬੇ ਨਾਲ ਹੀ ਗਵਾਹ ਹੈ ਇੱਕ ਕੰਮ ਤੂੰ ਸਾਡੇ ਕਹਿਣ ਤੇ ਵੀ ਕਰਨਾ ਹੈ ਕੰਮ ਤੂੰ ਸਾਡੇ ਕਹਿਣ ਤੇ ਵੀ ਕਰਨਾ ਉਹਨੇ ਕਿਹਾ ਬਾਬਾ ਉਹ ਕੀ ਉਹਨੇ ਕਿਹਾ ਪਹਿਲੇ ਹੱਥ ਦੇ ਵਿੱਚ ਲੈ ਕੇ ਹੱਥ ਪਹਿਲੇ ਤੂੰ ਵਾਅਦਾ ਕਰ ਵਾਅਦਾ ਕਰ ਲਿਆ ਉਹਨੇ ਕਿਹਾ ਮੈਂ ਚੋਰੀ ਕਰਨੋਂ ਨਹੀਂ ਹਟਣਾ ਉਹਨੇ ਕਿਹਾ ਸਾਡੇ ਕਹਿਣ ਦੇ ਉੱਤੇ ਤੂੰ ਪੰਜ ਵਕਤ ਦੀ ਅਦਾਨ ਦੇਣੋਂ ਨਹੀਂ ਹਟਣਾ ਆਇਆ ਹਾਇਆ ਇਹ ਵਾਅਦਾ ਕਰ ਬਾਬੇ ਨਾਲ ਕਿ ਤੂੰ ਪੰਜ ਵਕਤ ਦੀ ਅਦਾਨ ਦੇਗਾ ਉਹ ਹੱਥ ਦੇ ਕੇ ਅੰਜ ਕਰਕੇ ਬਾਬੇ ਦੇ ਉੱਤੇ ਤੌਬਾ ਕਰਕੇ ਇਸ ਗੱਲ ਦੀ ਤੇ ਘਰ ਚਲਾ ਗਿਆ ਉਹਦਾ ਇਕੱਲਾ ਹੀ ਘਰ ਸੀ ਜਾ ਕੇ ਆਪਣੀ ਸ਼ਰੀਕੇ ਹਯਾਤ ਨੂੰ ਕਹਿੰਦਾ ਸ਼ਰੀਕੇ ਹਯਾਤ ਉੱਠ ਤਾਂ ਅੱਜ ਤੋਂ ਬਾਅਦ ਅਸੀਂ ਬੜਾ ਅਮੀਰ ਹੋ ਜਾਣਾ ਹੀ ਉਹਨੇ ਕਿਹਾ ਸਭ ਬਾਬਾ ਆਇਆ ਸਭ ਬਾਬਾ ਮੈਂ ਉਹਨੂੰ ਕਹਿ ਕੇ ਆਇਆ ਤੇ ਬਾਬੇ ਨੇ ਆਖਿਆ ਜਾ ਅੱਲਾ ਤੇਰੀ ਚੋਰੀ ਚ ਬਰਕਤ ਪਾਏ ਤੇ ਕਹਿੰਦਾ ਸ਼ਰੀਕੇ ਹਯਾਤ ਅੱਜ ਮੈਂ ਪਤਾ ਕੀ ਕਰਨਾ ਅੱਜ ਮੈਂ ਬਾਦਸ਼ਾਹ ਤੇ ਡਾਕਾ ਮਾਰਨਾ ਹਾਂ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਮੈਂ ਪੜ੍ਹੇ ਦੀ ਗੱਲ ਪਿਆ ਕਰਨਾ ਆਖਿਆ ਅੱਲਾ ਤੇਰੀ ਚੋਰੀ ਚ ਬਰਕਤ ਪਾਏ ਬੀਬੀ ਨੂੰ ਕਹਿੰਦਾ ਲੈ ਅੱਜ ਤੋਂ ਬਾਅਦ ਸਾਡੀਆਂ ਗਰੀਬੀਆਂ ਗਈਆਂ ਅੱਜ ਮੈਂ ਡਾਕਾ ਮਾਰਨਾ ਤੇ ਬਾਦਸ਼ਾਹ ਦੇ ਘਰ ਮਾਰਨਾ ਗਿਆ ਉਹਨੇ ਜਾ ਕੇ ਨਾ ਬਾਦਸ਼ਾਹ ਦੇ ਘਰ ਡਾਕਾ ਮਾਰਿਆ ਉਹਨੇ ਸੋਨਾ ਚੁੱਕਿਆ ਗਠੜੀ ਐਂ ਕਰਕੇ ਇਕੱਠੀ ਕਰ ਲਈ ਚਾਂਦੀ ਇਕੱਠੀ ਕਰ ਲਈ ਜਿਸ ਚੁੱਕ ਕੇ ਜਾਣ ਲੱਗਾ ਨਾ ਤੇ ਇੱਕ ਪੁਲਿਸ ਵਾਲੇ ਦੀ ਸ਼ਕਲ ਨਜ਼ਰ ਆਈ ਉਹਦਾ ਨਾ ਰੰਗ ਫੁੱਕ ਹੋਇਆ ਓਏ ਹੋਏ ਹੋਏ ਜੇ ਮੈਂ ਫੜਿਆ ਗਿਆ ਤੇ ਮਾਰਿਆ ਜਾਵਾਂਗਾ ਉਹ ਇੱਧਰ ਜਾਏ ਤੇ ਕੋਈ ਇੱਧਰੋਂ ਆ ਜਾਏ ਇੱਧਰ ਜਾਏ ਤੇ ਕੋਈ ਇੱਧਰੋਂ ਆ ਜਾਏ ਕੋਈ ਇੱਧਰ ਜਾਏ ਤੇ ਕੋਈ ਇੱਧਰੋਂ ਆ ਜਾਏ ਕਰਦਿਆਂ ਕਰਦਿਆਂ ਨਾ ਸਵੇਰੇ ਅਦਾਨ ਦਾ ਟਾਈਮ ਹੋ ਗਿਆ ਹੁਣ ਕਠੜੀਆਂ ਦੋ ਜਿਸ ਵੇਲੇ ਹੋ ਗਿਆ ਅਦਾਨ ਦਾ ਟਾਈਮ ਉਹਨੇ ਕਿਹਾ ਬਾਬੇ ਨਾ ਮੈਂ ਵਾਅਦਾ ਕੀਤਾ ਉਹਨੇ ਕਿਹਾ ਦੇਖੀ ਜਾਏਗੀ ਜੋ ਕੁਝ ਹੋਏਗਾ ਪਾਣੀ ਲੱਭ ਪਾਣੀ ਤੇ ਨਾ ਲੱਭਾ ਤਯੰਮਮ ਕਰਕੇ ਨਾ ਇੰਜ ਕਰਕੇ ਅਲਾਮਾ ਸਾਹਿਬ ਨੂੰ ਪਤਾ ਇਸ ਗੱਲ ਦਾ ਤਯੰਮਮ ਕਰਕੇ ਉਹਨੇ ਕਿਹਾ ਅੱਛਾ ਦੇਖੀ ਜਾਗੀ ਫੜਿਆ ਜਾਵਾਂਗਾ ਤੇ ਜਾਣੇ ਬਾਬਾ ਜਾਣੇ ਜਾਂ ਉਹਦਾ ਕੰਮ ਜਾਣੇ ਲੈ ਬਈ ਦੇਖ ਨਾ ਤੇ ਅਜ਼ਾਨ ਦਾ ਟਾਈਮ ਹੋ ਗਿਆ ਤੇ ਮਹੱਲ ਦੇ ਵਿੱਚ ਖਲੋ ਕੇ ਨਾ ਇੱਕ ਪਾਸੇ ਤੇ ਕਹਿੰਦਾ ਲੈ ਬਈ ਸੱਜਣਾ ਤੂੰ ਜਾਣੇ ਜਾਂ ਚੋਰ ਜਾਣੇ ਨਾਰਾ ਨਹੀਂ ਜਰਾ ਪਾਣੀ ਨਹੀਂ ਪਾਣੀ ਪਾਣੀ ਨਾਰੇ ਤਕਬੀਰ ਨਾਰੇ ਰਿਸਾਲ ਨਾਰੇ ਹੈਦਰੀ ਸਵੇਰੇ ਫਜਰ ਦੀ ਅਦਾਨ ਦਾ ਟਾਈਮ ਹੋਇਆ ਆਪ ਨੇ ਤਯੰਮਮ ਕਰਕੇ ਨਾ ਅਸਰਾ ਤੇ ਬਾਬੇ ਦੇ ਕਹਿਣ ਦਿੱਤੇ ਉਹਨੇ ਕਿਹਾ ਵੇਖੀ ਜਾ ਕੇ ਲੈ ਵੀ ਬਾਬਾ ਹੁਣ ਪਹੁੰਚ ਤੂੰ ਆਏ ਹਾਏ ਹਾਏ ਪਹੁੰਚ ਤੂੰ ਤੇ ਕਰਕੇ ਨਾ ਕੰਨਾਂ ਦੇ ਵਿੱਚ ਦੇ ਕੇ ਨਾ ਇੰਜ ਕਰਕੇ ਉਂਗਲ ਤੇ ਕਹਿੰਦਾ ਅੱਲਾ ਜਿਸ ਵੇਲੇ ਅਦਾਨ ਦਿੱਤੀ ਫਜਰ ਦੀ ਨਵਾਜ਼ ਦੀ ਜਿਸ ਵੇਲੇ ਅਦਾਨ ਦਿੱਤੀ ਜਿਸ ਵੇਲੇ ਉਹ ਵਕਤ ਆਇਆ ਅਸਲਾਤੁ ਖੈਰੁਮ ਮਿਨਲ ਨੌਮ ਆਖਿਆ ਉੱਠ ਵੋ ਤੇਰੀ ਨੀਂਦ ਨਾਲੋਂ ਨਮਾਜ਼ ਬਿਹਤਰ ਤੇਰੀ ਆਹਾ ਤੇਰੀ ਨੀਂਦ ਨਾਲੋਂ ਨਮਾਜ਼ ਬਿਹਤਰ ਹੋ ਸਕਦਾ ਹੈ ਵੇਲਾ ਫੇਰ ਨਾ ਆਵੇ ਜਿਸ ਵੇਲੇ ਉਹਨੇ ਆਖਿਆ ਚੋਰ ਨੇ ਉਹ ਆਵਾਜ਼ ਬਾਦਸ਼ਾਹ ਦੇ ਕੰਨਾਂ ਚ ਗਈ ਉਹਨੇ ਆਖਿਆ
मेरे माल दे विच मैनू इंज लगा जिवे किसे दरवेश ने आके सदाए अल्लाह अकबर कह दिती है। उन्हें अपनी बीवी नू जगाया आख्या उठ दा नाले आप उठ नाले बच्चियां नू उठा मैनू तो इंज लगा जिवे किसे दरवेश ने सदाए अल्लाह अकबर दी आवाज दे दिती। उन्हें सारे निकल के वूदू करा के चोर ने फटाफट कह के ना अस्सलातु खैरुम मिनन नौम अल्लाह अकबर अल्लाह अकबर ला इलाहा इल्लल्लाह कह के ना ते जान लगा ते पिछों आवाज आई इमाम साहब जाना नहीं जमात करा के जो हाय हाय हां जी है ना गल यार तबीयत मेरी ठीक नहीं बुखार मैं हस्पताल नु आया ताड़ी बड़ी मेहरबानी इंशाल्लाह आया है यार कुछ उलामावां भी क्या करो यार शफकत जी मैनू छुट्टी दे दे कोई गल नहीं ताड़ी बड़ी मेहरबानी दुआ करया करो यार मैनू इथों ना रोकन मैनू रोकदे ने मेरे ते फतवे ऐद करदे ने यार ना मेरा इश्क ऐ केड़ी गल जिहड़ी मैं नहीं कीती है ऐ देखो मैं अज़ान दा वाकया बयान कीता मैं अपने कोलों कीता आखिर मैं मुतालिया कीता मैं पढ़िया वा फिर मैं इत्थे बैठना वा हां जी जिसरे चोर ने आखिया अस्सलातु खैरुम मिनन नौम बादशाह ने अपनी बीवी नु उठाया बच्चियां नु उठाया वुज़ू कराया कहन लगा मेरी शरीके हयात उठदा इंज लगा जिसरे कई सदियां तो बाद कई सालां तो बाद किसे दरवेश ने साडे मन चा के सदाए अल्लाहु अकबर कह छड़ी है आहा सदाए अल्लाहु अकबर कह छड़ी है। जिस वेले उथों जान लगा चोर जान लगा ते पिछों आवाज आई इमाम साहब जाना नहीं जमात करा के जानी है। हाय बादशाह ने आख्या मैं ते चोर हां मैं ते चोर हां तुसी कड़े पासे आ गए। उन्हें कहा मैं चोर हां। उन्हें आख्या तू होवेगा चोर पर इस वेले तू साडा इमाम है। आख्या मैं की आखना है चोर को कहना मैं की आखना। उन्हें कहा कुछ नहीं तुसी अगे खलो के ना अल्लाह अकबर पिछे असी आखांगे। आय हाय पिछे असी आखांगे। आख्या की आखोगे। आख्या आखांगे मैं नीयत करना नमाज फजर दी दो रकात नमाज फर्ज पिछे समाम दे अल्लाह अकबर। आय हाय हाय जिस रोना ने आख्या पिछे समाम दे अल्लाह अकबर चोर रोन लग पिया आसमान वाल मुंह करके कहंदा सोणिया मैं ते चोरा इन्हां ने मैनू इमाम बना दिता ई मैं कहन लगा अल्लाह अकबर हो तू जाने या तेरा कम जाने तू जाने। चोर ने अगो अल्लाह अकबर उन्हें दो फर्ज पढ़ा के ना चोर ने ते जान दी कोशिश कीती वाखिर दावा ने अलहम्दुल रब्बिल आलमीन जिस तरह कहा ना ते चोर जान लगा ते पिछो बादशाह कहंदा है इमाम साहब जाना नहीं असी गठड़ियां चुक लिया ने ए दसो ए गठड़ियां छड के जिथे आउणियां ने। कहन लगा बादशाह सलामत मैं चोर हां। आख्या होवेगा तू चोर पर साडे वास्ते तू इमाम है दस असी ये गठड़ियां लैके किथे जानियां ने। आख्या इमाम साहब अगे अगे इमाम साहब अगे अगे तुर पे चोर अगे अगे तुर पिया बादशाह अगे तुर पिया नौकरां ने नाल कई गठड़ियां चुक लियां कई गठड़ियां चुक लिया उजाड़ भी आबान दे विच चले गए। उन्हें आख्या मेरा करो उन्हें क्या अंदर वड़ो उन्हें जाके इंज करके चोर ने बूआ खोलिया अगे वेख्या मंजी डठी है मंजी उते ओही बाबा बैठा है ओही बाबा बैठा है। जाके हैरान परेशान उन्हें क्या बाबा जी तुसी बाबा जी तुसी इत्थे जिसरों दा देखिया उधर उधर जिस बाबे ने गौर ना देखा उन्हें क्या अगे आ जा तेरा। उन्हें बाबे ने आख्या मैनू पछाण मैं कौन आ
बादशाह ने आख्या दसो ये कौन है। बादशाह कहना मैं ते गुलाम आ तेन असी दसीए एदा ना की है। एदा ना है जेड़ा डाकुआ नू वली बना देंदा, जेड़ा चोरो कुतब बना देंदा, जेड़ा डाकुआ नू वली बना देंदा, ओ जेड़ा चोरो कुतब बना देंदा, जेड़ा जेड़ा डुबिया नू पार करा देंदा, जेड़ा डुबिया नू पार करा देंदा। ए बाबा ओए जेड़ा डुबिया नू पार करा देंदा, जेड़ा बुरिया नू सीने लाल लाल। ए बाबा कौन है आ कहनगा आ मैं तेन दसा। ए बाबा ओई बादशाह कहना इस बाबे नू जरा गौर नाल वेख लै। ए बाबा शेख अब्दुल कादर जिलानी है, महबूबे जुबानी है, शबाने लामकानी है। حضرت شیخ عبدل قادر جیلانی محبوب سبحانی شہباد لامکانی الحسنی والحسینی، آہا یہ علی دے پتر دی گل ہو رہی ہے، ایویں نہیں حسن تے حسینی کیا جاندا، ایویں گلاں نہیں کیتیاں جاندیاں، ایویں باتاں نہیں کیتیاں جاندیاں۔ حضرت علی دی بارگاہ لگی سی کہو سبحان اللہ، حضرت علی دی کرم اللہ وجہ حیدر کرار آپ دی بارگاہ لگی ہے، ایک کبوتر اڑدا اڑدا محفل لگی ہے، اسنا تھارے صحابہ بیٹھے ہیں محفل لگی، ایک کبوتر اڑدا اڑدا پھڑ پھڑاندا آیا۔ ذرا توجہ کرو نویاں نویاں گلاں نے، نویاں نویاں باتاں نے، نویاں نویاں روایتاں نے، ایک کبوتر اڑدا اڑدا آپ دی چولی چ آ کے پھڑ پھڑایا، زخمی ہویا ڈگا، آ کے کہندا ہے گٹکو گٹکو گٹکو، علی جی میرے پیچھے ایک باز لگا ہے، ذرا ان کو میری جان بچا لیو، ایک باز لگا ہے۔ آپ نے ویکھیا باز ایڈا چوڑا آ کے سامنے بہ گیا، وہ باز اگو کی کہندا ہے، کہندا علی جی میں تہاڈی بارگاہ چ آ گیا، اج میں کئی دنوں دا بھکھا وا، یہ میرا شکار ہے مینوں دے دیو۔ آہا ایک جان بچان آ گیا، ایک جان لین آ گیا۔ آپ نے آخیا یار تینوں اللہ نے شاہین بنایا ہے، عقاب بنایا ہے، پرواز کرنا ہے، تو جا کے ہو کر۔ اگوں نے کی عرض کی، انہیں کہا علی جی میں علی دی بارگاہ دے وچ آیا تے ٹر جاواں خالی، اے کیویں ہو سکدا ہے؟ ایک جان بچان آیا ہے، ایک جان لین واسطے آیا ہے تے بارگاہ لی دی جتھوں کو خالی اج تک واپس ہی نہیں گیا۔ آخیا کیویں ہوئے گا؟ آخیا یار چھڈ پرا تینو اللہ نے شہین بنایا ہے، آخیا آواں علی دے بوئے تے تے جاواں خالی، اے کیویں ہو سکدا ہے؟ ادھر آپ او چولی دے وچ لکیا انج کر کے، کہندا تیرا کی خیال ہے؟ آخیا علی دے ہتھاں چ آ گئے ہیں، انہیں آنے پر چھڈے، انہیں کہا حاضر حکم کرو، آئے 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 حاضر حکم کرو، پھڑ پھڑا کے پا دیو، میں علی دے بوئے تے آیا ہوں۔ اگو عقاب آخیا جا، آخیا نہیں جانا، آیا علی دے بوئے تے خالی ٹر گیا۔ کول حضرت زبیر بیٹھے کھلوتے سن، آخیا زبیر انہیں نہیں جانا، تلوار لے کے اندروں، تلوار لے کے آئی، لے کے آئے۔ آپ نے تلوار کڈی، دو تاری تلوار، آخیا شاہ مرداں شیر یزداں قوت پروردگار لا فتح الا علی لا سیف الا ذوالفقار۔ آپ نے تلوار کڈی، آپ نے کیا عقاب باز ٹر جا، انہیں آکھا آواں علی دے بوئے تے ٹر جاواں، سیر حاضر
आए हाय हाय सिर हाजर है। एक जान पछाण आ गया, एक जान लैन वास्ते आ गया। आपने तलवार आनी करके फड़ी, आपने आख्या जुबैर जी आख्या याली ए तलवार फड़। आपने कमीज उतारी, कमीज उतार के आप कहते ने लै पिछे तलवार दे नाल मेरी तलवार दे नाल जिन्ना कबूतर वजन है ना इन्हां विचों गोश्त कढ के बाजू पा दे। हाय 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 सुभान अल्लाह। अरे हैदरी 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 सुभान अल्लाह सुभान अल्लाह। आहा जिन्ना एदा वजन है ना इन्हां गोश्त कट के ना बाद नू पा दे। जिसे आप फिर लगे ना इंज करके ते आवाज आई, अली जी जरा साड़ी गौर नाल सुन लो, ये जिहड़े तुहाडे सहाबा बैठे ना इहदे विच कुछ अली दे मुनकर बैठे ने, इन्हां नू दसण वास्ते आए हां। ना मैं बाज हां ना मैं कबूतर हां। आपने निकल के दस दी जे इजाजत होवे तो मैं जावा। आपने उन्हें इजाजत दी जाओ। आपने कहा तुसीं पछाणिया कौन है, एक जबरील है। हाय 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 एक मिकाईल है। सुभान अल्लाह। देखो ये सिर्फ हज़रत अली करमुल्लाह वाजिहो आप दी करामत ने।